ਪਲਾਜ਼ਮਾ ਦਾਨ ਦੇ ਪਰਿਵਾਰਾਂ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਪ੍ਰਦਾਨ ਕਰਨ ਲਈ ਪੁਲਿਸ ਲਾਈਨਸ ਤਰਨਤਾਰਨ ਵਿਖੇ ਇੰਟੀਗ੍ਰੇਟਿਡ ਸਪੋਰਟਸ ਕੰਪਲੈਕਸ ਦਾ ਸ਼ੁਭਾਰੰਭ ਡੀਜੀਪੀ ਦਿਨਕਰ ਗੁਪਤਾ ਨੇ ਕੀਤਾ। ਹੁਣ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਵੱਖ-ਵੱਖ ਕੈਡਟਸ ਵਿੱਚ ਐਸਆਈ ਹੈੱਡ ਕਨਸਟੇਬਲ ਅਤੇ ਕਨਸਟੇਬਲਾਂ ਦੀ ਭਰਤੀ ਕੀਤੀ ਜਾਏਗੀ। ਇਸ ਮੌਕੇ ਤੇ ਸਾਂਸਦ ਜਸਬੀਰ ਸਿੰਘ ਡਿੰਪਾ, ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਧਰਮਵੀਰ ਅਗਨੀਹੋਤਰੀ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਡੀਆਈਜੀ ਐਚਐਸ ਮਾਨ, ਐਸਐਸਪੀ ਧਰਮਨ ਨਿੰਬਲੇ ਵੀ ਮੌਜੂਦ ਸਨ। ਖੁਸ਼ੀ ਹੋਈ ਹੈ ਤਰਨ ਤਰਨ ਆ ਕੇ ਇੱਕ ਇੰਟੈਗਰੇਟਿਡ ਸਪੋਰਟਸ ਕੰਪਲੈਕਸ ਬਣਾਇਆ ਹੈ। ਐਸਐਸਪੀ ਤਰਨ ਤਾਰਨ ਨੇ, ਹਮਾਰੇ ਡੀਆਈਜੀ ਫਿਰੋਜ਼ਪੁਰ ਹੈ ਹਰਦਿਆਲ ਮਾਨ ਜੀ, ਉਹਨਾਂ ਨੇ ਬਣਾਇਆ ਹੈ। ਬਹੁਤ ਅੱਛੀ, ਇਹ ਇੱਕ ਯੋਗਦਾਨ ਹੈ, ਬਹੁਤ ਅੱਛਾ ਕੰਮ ਕੀਆ ਹੈ। ਇੱਕ ਬਹੁਤ ਅੱਛੀ ਫੈਸਿਲਿਟੀ ਜੋ ਸ਼ਹਿਰ ਕੇ ਲੋਕੋਂ ਕੇ ਵੀ ਕੰਮ ਆਏਗੀ, ਹਮਾਰੇ ਪੁਲਿਸ ਅਫਸਰੋਂ ਕੇ ਤੋ ਕੰਮ ਆਏਗੀ ਹੀ। ਮੈਨੇ ਇਹ ਐਲਾਨ ਕੀਆ ਹੈ ਕਿ ਜੋ ਸ਼ਹਿਰ ਦੇ ਪਿੰਡਾਂ ਦੇ ਆਪਣੇ ਤਰਨ ਤਾਰਨ ਸ਼ਹਿਰ ਦੇ ਲੋਕ ਹਨ, ਉਹ ਵੀ ਇਹਨੂੰ ਇਸਤੇਮਾਲ ਕਰਨ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਕੰਮ ਆ। ਮੈਨੇ ਅਭੀ ਜ਼ਿਕਰ ਕੀਆ ਕਿ ਅਸੀਂ 10,500 ਤੋਂ ਜ਼ਿਆਦਾ ਲੋਕਾਂ ਨੂੰ ਸਬ ਇੰਸਪੈਕਟਰ, ਹੈੱਡ ਕਾਂਸਟੇਬਲ, ਕਾਂਸਟੇਬਲਸ ਭਰਤੀ ਕਰਨ ਜਾ ਰਹੇ ਹੈਗੇ ਹੈ। ਲਾਅ ਗ੍ਰੈਜੂਏਟਸ, ਫੋਰੈਂਸਿਕ ਸਾਇੰਸ, ਇਨਫੋਰਮੇਸ਼ਨ ਟੈਕਨੋਲੋਜੀ, ਸਾਈਬਰ ਕ੍ਰਾਈਮ, ਸਾਈਬਰ ਸਿੰਘ, ਬਹੁਤ ਸਾਰੇ ਕੋਈ ਇਵੇਂ ਦੇ ਕੋਈ ਚੀਜ਼ਾਂ ਹੋਈਆਂ ਸੀ ਜਿਹੜੇ ਅਟੈਕ ਹੋਏ ਸੀ ਤੁਹਾਨੂੰ ਸੀ, ਉਹਦੇ ਬਾਅਦ ਪਤਾ ਹੈ ਕਿ ਮਹੀਨਾ ਵੀ ਨਹੀਂ ਟੱਪਿਆ ਅਤੇ ਉਹਦੇ ਵਿੱਚ ਐਕਸ਼ਨ ਹੋਇਆ। ਅਤੇ ਅਸੀਂ ਇੱਥੇ ਜਦੋਂ 4 ਸਾਲ ਪਹਿਲਾਂ 31 ਏ ਕੈਟੇਗਰੀ ਗੈਂਗਸਟਰ ਸੀਗੇ, ਅੱਜ ਦੀ ਡੇਟ 'ਚੋਂ 31 'ਚੋਂ ਕੋਈ ਵੀ ਨਹੀਂ ਬਚਿਆ ਹੋਇਆ। 20 ਬੰਦੇ ਅਰੈਸਟ ਹੋ ਗਏ, 7 ਬੰਦਿਆਂ ਦੀਆਂ ਮੌਤਾਂ ਹੋ ਗਈਆਂ, 4 ਬੰਦੇ ਇਹ ਪਤਾ ਲੱਗਦਾ ਕਿ ਉਹ ਬਾਹਰਲੇ ਮੁਲਕਾਂ 'ਚ ਚਲੇ ਗਏ ਹੈ।